ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਬਰੋਕਲੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਬਰੋਕਲੀ ਦੇ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਪ੍ਰੋਟੀਨ ਕਾਫੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਆ। ਜੇ ਇਹਨੂੰ ਅਸੀਂ ਆਪਣੇ ਖਾਣੇ ਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਸਾਨੂੰ ਕਾਫੀ ਸਾਰੀ ਬਿਮਾਰੀਆਂ ਤੋਂ ਵੀ ਬਚਾਉਂਦੀ ਆ ਅਤੇ ਸਾਡੇ ਸਰੀਰ ਸਾਨੂੰ ਇਹ ਵਧੀਆ ਸਿਹਤ ਵੀ ਦਿੰਦੀ ਆ। ਇਹ ਸਭ ਤੋਂ ਪਹਿਲਾਂ ਤਾਂ ਜਿਹੜੀ ਬਰੋਕਲੀ ਆ ਇਹਨੂੰ ਅਸੀਂ ਕੱਟ ਕੇ ਤਿਆਰ ਕਰਨਾ ਆ। ਡੰਡਲ ਜਿਹੜੇ ਆ ਇਹਦੇ ਆਪਾਂ ਅਲੱਗ ਰੱਖਣੇ ਆ। ਸਬਜ਼ੀ ਜਿਹੜੀ ਆਪਾਂ ਕੱਟ ਕੇ ਇਹਨੂੰ ਆਪਾਂ ਧੋ ਲੈਣਾ ਆ। ਜਿਹੜੇ ਇਹਦੇ ਡੰਡਲ ਆ ਉਹ ਅਲੱਗ ਕੱਟੇ ਆ, ਡੰਡਲਾਂ ਨੂੰ ਵਿੱਚ ਨਹੀਂ ਕੱਟਣਾ, ਸਿਰਫ ਇਹਦੇ ਜਿਹੜੇ ਫੁੱਲ ਆ ਉਹਨਾਂ ਨੂੰ ਆਪਾਂ ਕੱਟਣਾ। ਇਹਨੂੰ ਆਪਾਂ 2-3 ਵਾਰੀ ਚੰਗੀ ਤਰ੍ਹਾਂ ਪਾਣੀ ਦੇ ਵਿੱਚੋਂ ਧੋ ਲੈਣਾ ਆ। ਸਾਰੀਆਂ ਚੀਜ਼ਾਂ ਸਾਡੀਆਂ ਤਿਆਰ ਨੇ। ਇਹਦੇ ਵਿੱਚ ਜਿਹੜੀ ਆਪਾਂ ਹੁਣ 2 ਆਲੂ ਲਏ ਆ, ਵੱਡੇ ਸਾਈਜ਼ ਦੇ ਲਏ ਸੀ, 2 ਆਲੂ ਜਿਹੜੇ ਕੱਟ ਲਏ ਆ। ਆਲੂ ਅਤੇ ਜਿਹੜੇ ਇਹਦੇ ਡੰਡਲ ਆ, ਪਹਿਲਾਂ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਫਰਾਈ ਕਰਾਂਗੇ, ਕਿਉਂਕਿ ਜਿਹੜੀ ਬਰੋਕਲੀ ਹੁੰਦੀ ਹੈ ਇਹਨੂੰ ਬਹੁਤ ਜ਼ਿਆਦਾ ਨਹੀਂ ਪਕਾਇਆ ਜਾਂਦਾ, ਤਾਂ ਕਰਕੇ ਆਪਾਂ ਜਿਹੜੇ ਆਲੂ ਆ ਅਤੇ ਡੰਡਲ ਆ ਇਹਨਾਂ ਨੂੰ ਆਪਾਂ ਪਹਿਲਾਂ ਫਰਾਈ ਕਰਕੇ ਤਲ ਕੇ ਥੋੜ੍ਹਾ ਜਿਹਾ ਤਿਆਰ ਕਰ ਲੈਣਾ ਆ, ਤਾਂ ਕਿ ਫਿਰ ਛੇਤੀ ਗਲ ਜੂਗੇ। 2 ਚਮਚੇ ਤੇਲ ਪਾ ਕੇ ਆਪਾਂ ਇਹਨੂੰ ਗਰਮ ਕਰ ਲੈਣਾ ਤੇਲ। ਡੰਡਲ ਵੀ ਜਿਹੜੇ ਆਪਾਂ ਨਾਲ ਹੀ ਪਾ ਲੈਣੇ ਇਸ ਤਰੀਕੇ ਦੇ ਨਾਲ। ਜਦੋਂ ਆਪਾਂ ਤਲ ਕੇ ਆਲੂ ਅਤੇ ਜਿਹੜੇ ਡੰਡਲ ਪਾਵਾਂਗੇ ਗੋਭੀ ਦੇ ਵਿੱਚ, ਸਬਜ਼ੀ ਜਿਹੜੀ ਆ ਬਹੁਤ ਜ਼ਿਆਦਾ ਸਵਾਦ ਬਣਦੀ ਹੈ। ਚਾਰ ਪੰਜ ਮਿੰਟ ਤੱਕ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਇੱਦਾਂ ਫਰਾਈ ਕਰਨਾ ਆ। ਆਲੂ ਜਿਹੜੇ ਆ ਸਾਡੇ ਹੋ ਗਏ ਆ ਫਰਾਈ, ਬਸ ਇੰਨੇ ਕੁ ਆਪਾਂ ਕਰਨੇ ਆ। ਬਾਕੀ ਜਦੋਂ ਸਬਜ਼ੀ ਪਕਾਵਾਂਗੇ ਥੋੜ੍ਹੀ ਜਿਹੀ ਜਿਹੜੀ ਕਸਰ ਰਹਿ ਜੂਗੀ ਫਿਰ ਉਹਦੇ 'ਚ, ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲੈਣਾ ਆ। ਤੇਲ ਜਿਹੜਾ ਪਾ ਲਾਂਗੇ 1 ਚਮਚ, ਬਾਕੀ ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਪਾ ਲੈਣਾ ਆ। ਇਹਦੇ ਵਿੱਚ ਇਹਨੂੰ ਆਪਾਂ ਥੋੜ੍ਹਾ ਜਿਹਾ ਗਰਮ ਕਰ ਲੈਣਾ ਆ। 1 ਚਮਚਾ ਪਾਵਾਂਗੇ ਜੀਰੇ ਦਾ, 1.5 ਕੁ ਚਮਚਾ ਅਦਰਕ ਅਤੇ ਲਸਣ ਜਿਹੜਾ ਕੁੱਟਿਆ ਹੋਇਆ, ਇਹਨਾਂ ਨੂੰ ਆਪਾਂ ਭੁੰਨ ਲੈਣਾ ਹੈ ਪਹਿਲਾਂ। ਦੋ ਹਰੀਆਂ ਮਿਰਚਾਂ ਇਹ ਵੀ ਆਪਾਂ ਨਾਲ ਹੀ ਪਾ ਲੈਣੀਆਂ ਹੈ। ਇੱਕ ਪਿਆਜ਼ ਲਿਆ ਹੈ ਵੱਡੇ ਸਾਈਜ਼ ਦਾ, ਪਿਆਜ਼ ਜਿਹੜਾ ਆਪਾਂ ਪਾ ਕੇ ਭੁੰਨ ਲੈਣਾ ਹੁਣ ਇਹਦੇ ਵਿੱਚ। ਸਬਜ਼ੀ ਦੇ ਵਿੱਚ ਪਿਆਜ਼ ਜਿਹੜਾ ਬਹੁਤ ਜ਼ਿਆਦਾ ਨਹੀਂ ਭੁੰਨਣਾ, ਸਿਰਫ ਆਪਾਂ ਇਹਨੂੰ 2-3 ਮਿੰਟ ਤੱਕ ਭੁੰਨਾਂਗੇ। ਪਿਆਜ਼ ਜਦੋਂ ਇੰਨਾ ਕੁ ਭੁੰਨ ਜਾਵੇ ਬਸ ਇਸ ਟਾਈਮ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆ ਉਹ ਪਾ ਦੇਣੇ ਆ। ਲੂਣ ਜਿਹੜਾ ਆ ਸਵਾਦ ਦੇ ਹਿਸਾਬ ਨਾਲ ਪਾਉਣਾ ਹੈ, 1/2 ਛੋਟਾ ਚਮਚਾ ਹਲਦੀ ਦਾ, 1 ਛੋਟਾ ਚਮਚਾ ਲਾਲ ਮਿਰਚ ਅਤੇ 1 ਛੋਟਾ ਚਮਚਾ ਗਰਮ ਮਸਾਲੇ ਦਾ। ਮਸਾਲੇ ਮਿਲਾ ਦੇਣੇ ਆਪਾਂ, ਨਾਲ ਹੀ ਹੁਣ ਆਪਾਂ ਇਹਦੇ ਵਿੱਚ ਜਿਹੜੀ ਬਰੋਕਲੀ ਆ ਉਹ ਪਾ ਦੇਣੀ ਆ। ਅਤੇ 2 ਕੁ ਚਮਚੇ ਆਪਾਂ ਇਹਦੇ 'ਚ ਪਾਣੀ ਦੇ ਪਾਣੇ ਨਾਲ। ਸਬਜ਼ੀ ਨੂੰ ਮਸਾਲੇ 'ਚ ਮਿਲਾ ਕੇ ਹੁਣ ਜਿਹੜੇ ਸਾਡੇ ਆਪਾਂ ਫਰਾਈ ਕੀਤੇ ਹੋਏ ਆਲੂ ਅਤੇ ਉਹਦੇ ਡੰਡਲ ਆ ਇਹ ਪਾ ਦੇਣੇ ਆ, ਨਾਲ ਹੀ ਟਮਾਟਰ ਪਾਉਣੇ ਆ।
ਥੋੜ੍ਹਾ ਜਿਹਾ ਧਨੀਆ ਪਾ ਦਾਂਗੇ, ਬਾਕੀ ਦਾ ਧਨੀਆ ਜਿਹੜਾ ਆਪਾਂ ਸਬਜ਼ੀ ਜਦੋਂ ਚੰਗੀ ਤਰ੍ਹਾਂ ਬਣ ਜੂਗੀ ਫਿਰ ਪਾਵਾਂਗੇ। ਸਬਜ਼ੀ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਇਹਨੂੰ ਉੱਪਰੋਂ ਦੀ ਢੱਕ ਦੇਣਾ ਆ ਅਤੇ 8-10 ਮਿੰਟ ਤੱਕ ਆਪਾਂ ਮੀਡੀਅਮ ਜਿਹੇ ਸੇਕ ਦੇ ਉੱਤੇ ਇਹਨੂੰ ਪੱਕਣ ਦੇਵਾਂਗੇ। ਸਬਜ਼ੀ ਨੂੰ ਆਪਾਂ ਹਿਲਾ ਦਾਂਗੇ ਇੱਕ ਵਾਰੀ ਵਿੱਚੋਂ। ਸਬਜ਼ੀ ਸਾਡੀ ਬਣ ਕੇ ਤਿਆਰ ਆ, ਗੈਸ ਆਪਾਂ ਬੰਦ ਕਰ ਦੇਣੀ ਹੈ। ਜਿਹੜਾ ਧਨੀਆ ਰਹਿੰਦਾ ਸੀ ਸਾਡਾ ਉਹ ਆਪਾਂ ਇਹਦੇ ਉੱਤੇ ਪਾ ਦੇਣਾ। ਬਰੋਕਲੀ ਦੀ ਸਬਜ਼ੀ ਸਾਡੀ ਬਣ ਕੇ ਤਿਆਰ ਆ, ਬਹੁਤ ਵਧੀਆ ਬਣ ਕੇ ਤਿਆਰ ਹੋਈ ਆ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾਇਓ। ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ। ਚੈਨਲ 'ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ, ਚੈਨਲ ਨਾਲ ਜੁੜੋ, ਚੈਨਲ ਨੂੰ ਸਪੋਰਟ ਕਰੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ। ਨਾਲੀ ਜਿਹੜਾ ਸਾਡਾ ਫੇਸਬੁੱਕ 'ਤੇ ਪੇਜ ਆ ਉਹਨੂੰ ਵੀ ਲਾਈਕ ਕਰੋ, ਇੰਸਟਾਗ੍ਰਾਮ 'ਤੇ ਫੋਲੋ ਕਰੋ। ਦੋਨਾਂ ਦੇ ਲਿੰਕ ਜਿਹੜੇ ਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਹੋਏ ਆ।